ਪਿੰਡੂ ਸ੍ਰੀਲਿਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਬੰਨਿਓ ਜਾਨੀ ਕਿ ਮਿੰਟੂ ਬਰਾੜ ਬੰਨਿਓ ਇੱਕ ਵਾਰ ਫੇਰ ਪਿਆਰ ਭਰੀ ਸਤਿ ਸ਼ਕਾਲ ਉਮੀਦ ਕਰਦੇ ਹਾਂ ਜੀ ਜਿਹੜੀ ਮੇਰੇ ਜਜਵਾਤ ਇਹ ਲੜੀ ਦਾ ਸੀਜ਼ਨ 2 ਜਿਹੜਾ ਚੱਲ ਰਿਹਾ ਤੁਹਾਨੂੰ ਪਸੰਦ ਆ ਰਿਹਾ ਤੇ ਤੁਹਾਡੇ ਜਿਹੜੀ ਫੀਡਬੈਕ ਤੁਹਾਡੇ ਕਮੈਂਟ ਸਾਡੀ ਜਿਹੜੀ ਖੁਰਾਕ ਆ ਜੀ ਤੇ ਉਹਨਾਂ ਦੇ ਸਾਰੇ ਅਸੀਂ ਉੱਡਦੇ ਫਿਰਦੇ ਹਾਂ ਸੋ ਇਦਾਂ ਹੀ ਸਾਥ ਦਿੰਦੇ ਰਹੋ ਜੀ ਤੇ ਅਸੀਂ ਵਧੀਆ ਤੇ ਵਧੀਆ ਚੀਜ਼ਾਂ ਤੁਹਾਡੇ ਤੱਕ ਪੰਚੌਂ ਦੇ ਰਹੀਏ ਸੋ ਇਸ ਵਕਤ ਮੇਰੇ ਨਾਲ ਪੰਨੂ ਸਾਹਿਬ ਜੁੜੇ ਹੋਏ ਆ ਤੇ ਆਪਾਂ ਪੰਨੂ ਸਾਹਿਬ ਨਾਲ ਜਿਹੜੀ ਸਿੱਖੀ ਦੀਆਂ ਜਿੰਨੀਆਂ ਵੀ ਗੱਲਾਂ ਕਰ ਲਈਏ ਉਹ ਥੋੜੀਆਂ ਨਹੀਂ ਥੋੜੀਆਂ ਜੀ ਤੇ ਰੱਜ ਨਹੀਂ ਆਉਂਦਾ ਬਹੁਤ ਹੀ ਪਿਆਰੀਆਂ ਗੱਲਾਂ ਜਿਹੜੀਆਂ ਕਰ ਰਹੇ ਆ ਇਸ ਲੜੀ ਦੌਰਾਨ ਤੇ ਰੂਹ ਦੀ ਜਿਹੜੀ ਖੁਰਾਕ ਵੀ ਮਿਲ ਰਹੀ ਹੈ ਪਰ ਕਿਤਨੇ ਕਿਤੇ ਭੁੱਖ ਹੋਰ ਵਾਦੀ ਜਾ ਰਹੀ ਹੈ ਇਹਨਾਂ ਗੱਲਾਂ ਲਈ ਸੋ ਪੰਨੂ ਸਾਹਿਬ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਅੱਜ ਇਸ ਦਾ ਨਵੇਂ ਐਪੀਸੋਡ ਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ ਸੋ ਸਸਿਕਾ ਪੰਨੂ ਸਾਹਿਬ ਪੰਨੂ ਸਾਹਿਬ ਆਪਾਂ ਬੜੇ ਪਿਆਰੇ ਕਰੈਕਟਰ ਸਿੱਖੀ ਦੇ ਜਿਹੜੇ ਕਿ ਜਿਨ੍ਹਾਂ ਨਾਲ ਅਸੀਂ ਮਾਣ ਮੱਤੇ ਹੋਏ ਮਹਿਸੂਸ ਹੁੰਨੇ ਆ ਉਹਨਾਂ ਦੇ ਵਾਰਿਸ ਹੋ ਕੇ ਸਾਨੂੰ ਇਦਾਂ ਲੱਗਦਾ ਸੀਨਾ ਚੌੜਾ ਹੁੰਦਾ ਸਾਡਾ ਤੇ ਜਦੋਂ ਅਸੀਂ ਗੱਲ ਕਰਦੇ ਆ ਗੁਰੂ ਨਾਨਕ ਦੇਵ ਜੀ ਦੀ ਤੇ ਜਦੋਂ ਵੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਵਾਂਗੇ ਤਾਂ ਭਾਈ ਮਰਦਾਨਾ ਜੀ ਦਾ ਨਾਮ ਮੱਲੋ ਮੱਲੀ ਸਾਡੇ ਜਿਹਨ ਚ ਆ ਜਾਂਦਾ ਸੋ ਤੁਹਾਡੀਆਂ ਬੜੀ ਪਿਆਰੀ ਲਿਖਤਾ ਭਾਈ ਮਰਦਾਨਾ ਜੀ ਤੇ ਤੇ ਹੋਰ ਵੀ ਬਹੁਤ ਸਾਰੀਆਂ ਯਾਦਾਂ ਆਤਾਂ ਸੋ ਉਹ ਜ਼ਰੂਰ ਅੱਜ ਦੇ ਆਪਾਂ ਇਸ ਐਪੀਸੋਡ ਦੇ ذریعے ਸਾਂਝੀ ਕਰੀਏ ਇਸ ਦਰਸ਼ਕਾਂ ਨਾਲ ਜਿਸ ਗੱਲ ਦੀ ਮੈਨੂੰ ਖੁਸ਼ੀ ਹੋਈ ਉਹ ਇਹ ਹੈ ਕਿ ਮੇਰੀਆਂ ਲਿਖਤਾਂ ਸਦਕਾ ਬੇਸ਼ੁਮਾਰ دانشਵਰ ਸਰੋਤੇ ਮੇਰੇ ਦੋਸਤ ਹੋਏ ਜੀ ਮੈਂ ਤਾਂ ਵਡੇਰਿਆਂ ਨੂੰ ਯਾਦ ਕਰਨਾ ਹੀ ਕਰਨਾ ਸੀ ਤੇ ਯਾਦ ਕਰਨ ਤੋਂ ਬਾਅਦ ਜਦੋਂ ਮੈਨੂੰ ਲੱਗਿਆ ਨਾ ਕਿ ਇਹ ਪ੍ਰਸ਼ਾਦ ਵੰਡਣਾ ਚਾਹੀਦਾ ਹੈ ਦੂਰ ਨੇੜੇ ਸਾਰੇ ਕਿਤੇ ਜੀ ਤਾਂ ਪਹਿਲਾਂ ਲਿਖਤਾਂ ਰਾਹੀਂ ਹੂੰ ਹੁਣ ਤੁਹਾਡੇ ਵੀਡੀਓਜ਼ ਰਾਹੀਂ ਜੀ ਆਪਾਂ ਪੁੱਛਾ ਰਹੇ ਹਾਂ ਇਹ ਕਿਉਂ ਚੰਗੀਆਂ ਲੱਗਦੀਆਂ ਨੇ ਗੱਲਾਂ ਆਪਾਂ ਨੂੰ ਇਹਦਾ ਜਵਾਬ ਮੌਲਾਨਾ ਰੂਮੀ ਦਿੰਦੇ ਨੇ ਜੀ ਆਪਾਂ ਉਹਨਾਂ ਦੇ ਸ਼ੇਰ ਨਾਲ ਹੀ ਸ਼ੁਰੂ ਕਰਦੇ ਹਾਂ ਬਿਲਕੁਲ ਮੌਲਾਨਾ ਜਲਾਲਉਦਦਿਨ ਰੂਮੀ ਈਰਾਨ ਦੇ ਸ਼ਾਇਰ ਹੋਏ 700 ਸਾਲ ਪਹਿਲਾਂ ਜੀ ਉਹਨਾਂ ਦਾ ਸ਼ੇਰ ਹੈ ਜਾਏਗਾ ਦੂਰ ਜਦੋਂ ਆਪਣੀਆਂ ਜੜਾਂ ਤੋਂ ਹੂੰ ਤਾਂ ਮਾਰੇਗਾ ਆਵਾਜ਼ ਆਪਣੀਆਂ ਜੜਾਂ ਨੂੰ ਹੂੰ ਤੇਰੀ ਆਵਾਜ਼ ਨੂੰ ਜੇ ਹੰਗਾਰਾ ਮਿਲੇਗਾ ਕਿਤੋਂ ਆਖਰ ਤਾਂ ਮਿਲੇਗਾ ਤੇਰੀਆਂ ਜੜਾਂ ਤੋਂ ਵਾਹ ਇਹ ਆਪਾਂ ਆਪਣੀਆਂ ਜੜਾਂ ਵੱਲ ਨਜ਼ਰ ਮਾਰਦੇ ਆ ਨਾ ਜਦੋਂ ਤਾਂ ਤਸੱਲੀ ਹੁੰਦੀ ਹੈ ਕਿ ਬਹੁਤ ਮਜ਼ਬੂਤ ਨੇ ਜੜਾਂ ਸਾਡੀਆਂ ਇਹਨਾਂ ਵਡੇਰਿਆਂ ਨੇ ਜੋ ਸਾਨੂੰ ਦਿੱਤਾ ਉਹ ਸਦਕਾ ਸਾਡੀ ਸ਼ਾਨ ਦੂਰ ਦੂਰ ਤੱਕ ਫਸਰੇਗੀ ਇਹ ਮੇਰੀ ਉਮੀਦ ਜੀ ਸੋ ਬਹੁਤ ਖੂਬਸੂਰਤ ਜਿਹੜੀਆਂ ਰਚਨਾਵਾਂ ਜੇ ਉਹਨਾਂ ਰਚਨਾਵਾਂ ਚੋਂ ਭਾਈ ਮਰਦਾਨਾ ਜੀ ਦੀ ਰਚਨਾ ਦੀ ਸੀ ਅੱਜ ਗੱਲ ਕਰੀਏ ਤਾਂ ਤੋਂ ਤੁਸੀਂ ਇਹ ਰਚਨਾ ਲਿਖੀ ਤੇ ਉਹ ਰਚਨਾ ਮੈਂ ਪਹਿਲਾਂ ਤਾਂ ਸਾਰੇ ਸਾਡੇ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਅਸੀਂ ਐਪੀਸੋਡਸ ਦੇ ਵਿੱਚ ਇਹ ਗੱਲਾਂ ਬਾਤਾਂ ਕਰ ਰਹੇ ਆ ਅਸੀਂ ਇਹਨਾਂ ਦੀ ਪੰਨੂ ਸਾਹਿਬ ਦੀਆਂ ਰਚਨਾਵਾਂ ਨੂੰ ਬਹੁਤ ਇੱਕ ਸੰਖੇਪ ਚ ਸਮੇਟ ਰਹੇ ਆ ਜੇ ਤੁਸੀਂ ਇਸ ਤੋਂ ਜ਼ਿਆਦਾ ਪੜ੍ਹਨਾ ਚਾਹੁੰਦੇ ਹੋ ਨਾ ਤਾਂ ਜ਼ਰੂਰ ਤੁਸੀਂ ਇਹਨਾਂ ਦੀਆਂ ਰਚਨਾਵਾਂ ਇਹਨਾਂ ਦੀਆਂ ਕਿਤਾਬਾਂ ਰਾਈਂ ਜ਼ਰੂਰ ਪੜ੍ਹੋ ਸੋ ਭਾਈ ਮਰਦਾਨਾ ਜੀ ਬਾਰੇ ਹਾਂ ਦਰਸ਼ਕੋ ਤੁਹਾਨੂੰ ਇਹ ਦੱਸਣਾ ਮੁਨਾਸਿਬ ਹੈ ਤੇ ਮੇਰੀਆਂ ਸਾਰੀਆਂ ਲਿਖਤਾਂ ਮੇਰੀ ਵੈਬਸਾਈਟ ਤੇ ਪਈਆਂ ਨੇ ਜੀ ਵੈਬਸਾਈਟ ਹਰਪਾਲ ਸਿੰਘ ਪੰਨੂ .com ਜੀ ਇਹ ਖੋਲੋ ਮੇਰੀਆਂ ਕਿਤਾਬਾਂ ਮੇਰੀਆਂ ਬਾਕੀ ਦੇ ਲਿਖਤਾਂ ਕੁਝ ਇੰਟਰਵਿਊਜ਼ ਉਹ ਤੁਹਾਨੂੰ ਉੱਥੇ ਮਿਲ ਜਾਣਗੇ ਜੀ ਜੀ ਕਿਤਾਬਾਂ ਦੀ ਲਿਸਟ ਵੀ ਉੱਥੇ ਹੀ ਲੈਣਗੇ ਜੀ ਤੇ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਕੋਈ ਪੁੱਛਦਾ ਹੈ ਕਿ ਜੀ ਤੁਹਾਡੀ ਕਿਤਾਬ ਗੌਤਮ ਤੋਂ ਤਾਸਕੀ ਤੱਕ ਪੜਨੀ ਹੈ ਕਿੱਥੋਂ ਲਈਏ ਮੈਂ ਆਖਦਾ ਕਿ ਵੈਬਸਾਈਟ ਤੋਂ ਪੜ ਲਓ ਉਹ ਕਹਿੰਦੇ ਨਾ ਜੀ ਨਾ ਵੈਬਸਾਈਟ ਤੋਂ ਪੜ ਲਾਂਗੇ ਤਾਂ ਇਕੱਲਾ ਬੰਦਾ ਪੜੇਗਾ ਇਹ ਸਾਡੇ ਘਰ ਚ ਰਹਿਣੀ ਚਾਹੀਦੀ ਕਿਤਾਬ ਜੀ ਕਿ ਸਾਡੇ ਬੱਚੇ ਵੀ ਇਸ ਕਿਤਾਬ ਨੂੰ ਹੱਥ ਲਾਉਣ ਕਦੀ ਇਹ ਸੁਨੇਹ ਇਹ ਮੈਕਾਂ ਦੂਰ ਦੂਰ ਤੱਕ ਜਾਣਗੇ ਜੀ ਇਸ ਕਰਕੇ ਆਪਾਂ ਨੂੰ ਹੰਗਾਰਾ ਜਿਹੜਾ ਬੜਾ ਹਾਂਦਰੂ ਮਿਲੇ ਸਾਰਥਕ ਮਿਲੇ ਇਸ ਗੱਲੋਂ ਆਪਾਂ ਆਪਣੇ ਪਾਟਕਾਂ ਦੇ ਦਰਸ਼ਕਾਂ ਦੇ ਬਹੁਤ ਸ਼ੁਕਰਗੁਜ਼ਾਰ ਜੀ ਭਾਈ ਮਰਦਾਨਾ ਜੀ ਦੀ ਸਾਖੀ ਛੇੜੀ ਅੱਜ ਚਾਰ ਜਨਮ ਸਾਖੀਆਂ ਨੇ ਆਪਣੀਆਂ ਪੁਰਾਤਨ ਜਨਮ ਸਾਖੀ ਭਾਈ ਮਿਹਰਬਾਨ ਜੀ ਵਾਲੀ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਪਾਈ ਮਾਨੀ ਸਿੰਘ ਜੀ ਵਾਲੀ ਜਨਮ ਸਾਖੀ ਜੀ ਆਪਣੇ ਦਰਸ਼ਕਾਂ ਪਾਠਕਾਂ ਨੂੰ ਇਹ ਵੀ ਦੱਸ ਦਈਏ ਆਰੰਭ ਦੇ ਵਿੱਚ ਹੀ ਕਿ ਜਨਮ ਸਾਖੀ ਸ਼ਬਦ ਹੈ ਜਿਹੜਾ ਇਹ ਸਿਰਫ ਗੁਰੂ ਨਾਨਕ ਦੇਵ ਜੀ ਬਾਬਤ ਵਰਤੇ ਜਾਂਦਾ ਜੀ ਪਿਛਲੇਰੇ ਨੌ ਗੁਰੂ ਸਾਹਿਬਾਨ ਨੇ ਜਿਹੜੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਗ੍ਰੰਥ ਹੈਗੇ ਕੋਈ ਬੰਸਾਬਲੀ ਨਾਵੇਂ ਨੇ ਕੋਈ ਚਮਤਕਾਰ ਨੇ ਕੋਈ ਸੂਰਜ ਪ੍ਰਕਾਸ਼ ਨੇ ਬਹੁਤ ਗ੍ਰੰਥ ਨੇ ਆਪਣੇ ਮਹਿਮਾ ਪ੍ਰਕਾਸ਼ ਨੇ ਉਹਨਾਂ ਦੇ ਨਾਂ ਜਨਮ ਸਾਖੀਆਂ ਨਹੀਂ ਆ ਜੀ ਸੋ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਗਈ ਤੇ ਉਹਨਾਂ ਦੇ ਨਾਮ ਅਧੀਨ ਹੀ ਓ ਸਮਝੋ ਭੀ ਰਜਿਸਟਰ ਹੋਗੀ ਤਰਜ਼ਾ ਰੋਗੀ ਜੀ ਚਾਰੇ ਜਨਮ ਸਾਖੀਆਂ ਚ ਭਾਈ ਮਰਦਾਨਾ ਜੀ ਦਾ ਜ਼ਿਕਰ ਕਈ ਪ੍ਰਕਾਰ ਦਾ ਆਉਂਦਾ ਜੀ ਕੁਝ ਹਿੱਸੇ ਜਿਹੜੇ ਮੈਨੂੰ ਨਹੀਂ ਚੰਗੇ ਲੱਗੇ ਉਹ ਮੈਂ ਨਜ਼ਰ ਅੰਦਾਜ਼ ਵੀ ਕੀਤੇ ਜੀ ਮੈਂ ਵਡੇਰਿਆਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਨਾ ਤਾਂ ਉਛਾਲਣ ਦੇ ਹੱਕ ਚ ਭਈ ਜਿਵੇਂ ਗੁਰੂ ਨਾਨਕ ਦੇਵ ਜੀ ਵਾਸਤੇ ਮੁਸ਼ਕਲ ਆ ਰਹੀ ਸੀ ਕਿ ਅਕਾਲ ਪੁਰਖ ਦਾ ਸਰੂਪ ਪ੍ਰਗਟ ਕਿਵੇਂ ਕਰਨ ਹੂੰ ਉਸੇ ਤਰ੍ਹਾਂ ਸਾਖੀਕਾਰ ਗਾਹੇ ਬਗਾਹੇ ਦੱਸਦੇ ਰਹਿੰਦੇ ਨੇ ਕਿ ਸਾਡੇ ਵਾਸਤੇ ਗੁਰੂ ਨਾਨਕ ਦੇਵ ਜੀ ਦਾ ਸਰੂਪ ਵਰਣਨ ਕਰਨਾ ਬਹੁਤ ਕਠਨ ਕਾਰਜ ਹੈ ਹੂੰ ਤੇ ਕਿਤੇ ਗਲਤੀ ਹੋਵੇ ਤਾਂ ਖਿਮਾ ਕਰਨੀ ਉਹ ਮਨੁੱਖ ਨਹੀਂ ਤੇ ਸਿੱਖ ਨਹੀਂ ਜੀ ਲੇਕਿਨ ਆਪਣੇ ਵਡੇਰੇ ਥਾਂ ਤੇ ਨੇ ਜੀ ਇਹ ਸੂਰਤ ਵਿੱਚ ਮੈਂ ਸੋਹਣੇ-ਸੋਹਣੀਆਂ ਵਾਕਾਂ ਦੀਆਂ ਲੜੀਆਂ ਵੱਖਰੀਆਂ ਕੱਢੀਆਂ ਜੀ ਸਿਸਟੇਮੈਟਿਕਲੀ ਕਰਮਵਾਰ ਆਪਾਂ ਜੋੜੀਆਂ ਹੂੰ ਉਹਨੂੰ ਫੇਰ ਆਪਣੀ ਪੁਰਾਣੀ ਸ਼ੈਲੀ ਦੇ ਵਿੱਚ ਵਰਣਨ ਕੀਤਾ। ਜੀ। ਤੋਂ ਆਪਾਂ ਇੱਥੋਂ ਸ਼ੁਰੂ ਕਰਦੇ ਆਂ ਕਿ ਸਮਾਜਿਕ ਰੁਤਬੇ ਮੁਤਾਬਕ ਤਾਂ ਸੇਵਾਦਾਰ ਨੇ ਭਾਈ ਮਰਦਾਨਾ ਜੀ ਤੋਂ ਉਹਨਾਂ ਦਾ ਖਾਂਦਾ। ਜੀ। ਲੇਕਿਨ ਗੁਰੂ ਨਾਨਕ ਦੇਵ ਜੀ ਦੇ ਨਜ਼ਰਾਂ ਦੇ ਵਿੱਚ ਉਹ ਸੇਵਕ ਨਹੀਂ ਹਨ ਉਹ ਮਿੱਤਰ ਨੇ। ਜੀ। ਗੁਰੂ ਨਾਨਕ ਦੇਵ ਜੀ ਜਦੋਂ ਗੱਲ ਕਰਦੇ ਨੇ ਜਾਂ ਗੱਲ ਸੁਣਦੇ ਨੇ ਤਾਂ ਉਹਨਾਂ ਨੂੰ ਭਾਈ ਜੀ ਕਰਕੇ ਸੰਬੋਧਨ ਕਰਦੇ ਨੇ। ਹੂੰ। ਆਪਾਂ ਨੂੰ ਜਨਮ ਸਾਖੀਆਂ ਦੇ ਵਿੱਚੋਂ ਗੁਰੂ ਤੇ ਸਿੱਖ ਦਾ ਜਿਹੜਾ ਰਿਸ਼ਤਾ ਹੈ ਉਹ ਤਾਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੇ ਸ਼ਖਸੀਅਤ ਚੋਂ ਮਿਲਦੇ-ਮਿਲਦਾ ਹੈ ਲੇਕਿਨ ਦੋਸਤੀ ਦਾ ਜਿਹੜਾ ਪੱਖ ਹੈ ਉਹ ਵੀ ਆਪਾਂ ਨੂੰ ਹਾਸਿਲ ਹੁੰਦਾ ਹੈ ਜੀ ਬਿਲਕੁਲ ਆਪਣੇ ਦਰਸ਼ਕ ਇਹ ਜਾਣਨ ਕਿ ਭਾਈ ਮਰਦਾਨਾ ਜੀ ਗੁਰੂ ਮਹਾਰਾਜ ਨਾਲੋਂ ਉਮਰ ਵਿੱਚ 10 ਸਾਲ ਵੱਡੇ ਸਨ ਜੀ ਲੇਕਿਨ ਉਹ ਬਾਬਾ ਕਹਿੰਦੇ ਸਨ ਮਹਾਰਾਜ ਨੂੰ ਹੂੰ ਪਿੱਛੋਂ ਤਾਂ ਆਪਾਂ ਦੇਖਦੇ ਆਂ ਜਨਮ ਸਾਖੀਆਂ ਦੇ ਵਿੱਚੋਂ ਵੀ ਬੇਬੇ ਨਾਨਕੀ ਜੀ ਉਹਨਾਂ ਦੇ ਪਤੀ ਭਾਈ ਜੈਰਾਮ ਜੀ ਉਹ ਵੀ ਬਾਬਾ ਜੀ ਕਹਿੰਦੇ ਸਨ ਹੂੰ ਰਾਏ ਬੁਲਾਰ ਖਾਨ ਸਾਹਿਬ ਜਿਹੜੇ ਪਿਤਾ ਦੀ ਉਮਰ ਦੇ ਸਨ ਉਹ ਵੀ ਬਾਬਾ ਜੀ ਉਹ ਬਾਬਾ ਜੀ ਕਹਿੰਦੇ ਸੀ ਜੀ ਤੋਂ ਬਾਬਾ ਜਿਹੜਾ ਲਫ਼ਜ਼ ਹੈ ਨਾ ਇਹਦਾ ਮਤ ਫਾਰਸੀ ਦਾ ਲਫ਼ਜ਼ ਹੈ ਇਹਦਾ ਮਤਲਬ ਹੁੰਦਾ ਵੱਡਾ ਵੱਡਾ ਜਦੋਂ ਮੰਨ ਲਈਏ ਆਪਾਂ ਕਿਸੇ ਨੂੰ ਵੱਡਾ ਹੈ ਉਹਨੂੰ ਅਸੀਂ ਬਾਬਾ ਕਹਿੰਦੇ ਹਾਂ ਬਾਬਾ ਤੋਂ ਸਾਡੇ ਦਰਸ਼ਕ ਇਹ ਜਾਣ ਕੇ ਪ੍ਰਸੰਨ ਹੋਣਗੇ ਕਿ ਮਾਪਿਆਂ ਨੂੰ ਪਤਾ ਹੁੰਦਾ ਸੀ ਕਿ ਸਾਡੀ ਗੱਲ ਮੰਨਣੀ ਨਹੀਂ ਬਾਬਾ ਜੀ ਹੂੰ ਉਹ ਭਾਈ ਮਰਦਾਨਾ ਜੀ ਨੂੰ ਭੇਜ ਦਿੰਦੇ ਹੂੰ ਭਾਈ ਮਰਦਾਨਾ ਜੀ ਹੱਥ ਸੁਨੇਹਾ ਦਿੰਦੇ ਜੀ ਜ਼ਰੂਰੀ ਨਹੀਂ ਕਿ ਭਾਈ ਮਰਦਾਨਾ ਜੀ ਦੀ ਹਰੇਕ ਗੱਲ ਮੰਨ ਲੈਂਦੇ ਸੀ ਪਰ ਭਾਈ ਮਰਦਾਨਾ ਜੀ ਦੀ ਸੁਣਤਾ ਲੈਂਦੇ ਸੀ ਕਈਆਂ ਦੀ ਤਾਂ ਸੁਣਦੇ ਵੀ ਨਹੀਂ ਸੀ ਤਾਂ ਭਾਈ ਮਰਦਾਨਾ ਜੀ ਦੀ ਕੀਤੀ ਹੋਈ ਗੱਲ ਨੂੰ ਨਿਰਾਦਰ ਨਹੀਂ ਦਿੰਦੇ ਜੀ ਤੇ ਆਪਣੇ ਮਨ ਦੇ ਵਿੱਚ ਆਪਣਾ ਵੱਡਾ ਭਰਾ ਉਮਰ ਦੇ ਵਿੱਚ ਹੋਣ ਦੇ ਨਾਤੇ ਉਹਨਾਂ ਨੂੰ ਸਤਿਕਾਰ ਦਿੰਦੇ ਨੇ ਉਹਨਾਂ ਦੀਆਂ ਲੋੜਾਂ ਮੁਤਾਬਕ ਐਕਟ ਕਰਦੇ ਨੇ ਹੂੰ ਹੂੰ ਤੋਂ ਆਪਾਂ ਸਾਖੀਆਂ ਦੇ ਵਿੱਚੋਂ ਇਹ ਜਾਣਿਆ ਕਿ ਮਾਪਿਆਂ ਨੇ ਭਾਈ ਮਰਦਾਨਾ ਜੀ ਨੂੰ ਤਲਵੰਡੀਆਂ ਭੇਜਿਆ ਸੁਲਤਾਨਪੁਰ ਜੀ ਜਿੱਥੇ ਬਾਬਾ ਜੀ ਨੌਕਰੀ ਕਰਦੇ ਸਨ ਹਮ ਹਮ ਤੋਂ ਮੋਦੀ ਖਾਨ ਨੇ ਜ ਮਿਲੇ ਹਮ ਹਮ ਮੋਦੀ ਖਾਨ ਨੇ ਚੋਂ ਛੁੱਟੀ ਹੋਈ ਫਿਰ ਆਪਣੇ ਟਿਕਾਣੇ ਤੇ ਗਏ ਹਮ ਹਮ ਸ਼ਮਸ਼ਾਨ ਘਾਟ ਦੇ ਲਾਗੇ ਬਾਬਾ ਜੀ ਨੇ ਆਪਣੇ ਹੱਥਾਂ ਨਾਲ ਹੀ ਇੱਕ ਛੋਟੀ ਜੀ ਝੌਂਪੜੀ ਬਣਾਈ ਹੋਈ ਸੀ ਜੀ ਉੱਥੇ ਉਹਨਾਂ ਦਾ ਟਿਕਾਣਾ ਸੀ ਜੀ ਜੀ ਬੇਬੇ ਨਾਨਕੀ ਜੀ ਨੂੰ ਤਾਂ ਮਿਲਣੇ ਹੀ ਜਾਂਦੇ ਸੀ ਰਹਿੰਦੇ ਨਹੀਂ ਸੀ ਉੱਥੇ ਹਮ ਤੋਂ ਭਾਈ ਮਰਦਾਨਾ ਜੀ ਨੂੰ ਭੇਜਿਆ ਇਹ ਆ ਕੇ ਕਿ ਜਾਓ ਸੁਲਤਾਨਪੁਰ ਨਾਨਕ ਨੂੰ ਕਹੋ ਕਿ ਪਰਿਵਾਰ ਯਾਦ ਕਰਦਾ ਹੈ ਹਮ ਮਿਲ ਕੇ ਆਓ ਹਮ ਭਾਈ ਮਰਦਾਨਾ ਜੀ ਨੇ ਪਿਤਾ ਜੀ ਦਾ ਇਹ ਵਾਕ ਸੁਣਾਇਆ ਜੀ ਪਰਿਵਾਰ ਯਾਦ ਕਰਦਾ ਬਾਬਾ ਜੀ ਤਲਵੰਡੀ ਚੱਲੀ ਹਮ ਸਾਖੀ ਚ ਲਿਖਿਆ ਬਾਬੇ ਕਹਿਆ ਭਲਾ ਯਾਦ ਕਰਵਾਇਆ ਹੈ ਭਲਾ ਯਾਦ ਕਰਵਾਇਆ ਭਾਈ ਜੀ ਹਮ ਅਸਾਂ ਦਾ ਪਰਿਵਾਰ ਬਹੁਤ ਵੱਡਾ ਹੈ ਹਮ ਔਰ ਬਹੁਤ ਯਾਦ ਕਰਦਾ ਹੈ ਹਮ ਇਹ ਕੱਲਿਆਂ ਜਾਣ ਦਾ ਮਨ ਨਹੀਂ ਤੁਸੀਂ ਆਏ ਤਾਂ ਇਕੱਠੇ ਚੱਲਾਂਗੇ ਹਮ ਸਾਰਾ ਜਹਾਨ ਆਪਣਾ ਪਰਿਵਾਰ ਹੈ ਤੇ ਸਾਰਾ ਜਹਾਨ ਆਪਾਂ ਨੂੰ ਢੀਕਰੇ ਹੂੰ ਭਾਈ ਮਰਦਾਨਾ ਜੀ ਖਾਮੋਸ਼ ਰਹੇ ਕਿਉਂਕਿ ਜਾਣ ਦਾ ਇਰਾਦਾ ਨਹੀਂ ਸੀ ਹੂੰ ਲੇਕਿਨ ਜਦੋਂ ਤੱਕ ਹਾਂ ਨਹੀਂ ਕਰਦੇ ਉਦੋਂ ਤੱਕ ਇੱਥੇ ਟਿਕਾਣਾ ਕਰਦੇ ਆ ਫਿਰ ਸੁਲਤਾਨਪੁਰ ਜੀ ਜੀ ਇੱਕ ਦਿਨ ਬਾਬੇ ਕਹਿਆ ਭਾਈ ਜੀ ਕੋਈ ਸਾਜ਼ ਖਰੀਦੀ ਹੈ ਹੂੰ ਮਰਦਾਨੇ ਪੁੱਛਿਆ ਜੀ ਜੋ ਹੁਕਮ ਹੂੰ ਕਿਹੜਾ ਸਾਜ਼ ਜੋ ਤੁਸਾਂ ਨੂੰ ਭਾਵੇ ਹੂੰ ਬਾਬੇ ਕਹਿਆ ਬਾਕੀ ਸਾਜ਼ ਤਾਂ ਦੁਨੀਆਦਾਰਾਂ ਦੇ ਸਾਜ਼ ਹੋਏ ਰਬਾਬ ਗੁਰਮੁਖੀ ਸਾਜ਼ ਹੋਇਆ ਹੂੰ ਮੈਂ ਇੱਕ ਕਥਨ ਪੜਿਆ ਤਾਂ ਸੋਚਣ ਲੱਗਾ ਕਿ ਜੀਬੀ ਸਿੰਘ ਤੇ ਉਹਨਾਂ ਦੇ ਜਿਹੜੇ ਸਹਿਯੋਗੀ ਸਨ ਉਹਨਾਂ ਦਿਨਾਂ ਚ ਤਕਰੀਬਨ ਇੱਕ ਸਦੀ ਬੀਤ ਗਈ ਹੂੰ ਹੂੰ ਉਹਨਾਂ ਨੇ ਗੁਰਮੁਖੀ ਲਿਪੀ ਦੀ ਖੋਜ ਕਰਦੇ ਆ ਇਹ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਨੇ ਇਹ ਲਿਪੀ ਨਹੀਂ ਘੜੀ ਸੀ ਜੀ ਜੀਬੀ ਸਿੰਘ ਲਿਖਦੇ ਨੇ ਕਿ ਗੁਰਮੁਖੀ ਗੁਰੂ ਦੇ ਮੁਖ ਚੋਂ ਉਚਰੀ ਹੋਈ ਤਾਂ ਇਹ ਗੁਰੂ ਦੇ ਮੁਖ ਚੋਂ ਤਾਂ ਬਾਣੀ ਉਚਰ ਉਤਰਦੀ ਹੈ ਹੂੰ ਵਾਕ ਉਤਰਦਾ ਲਿਪੀ ਦੇ ਮੁਖ ਚੋਂ ਥੋੜਾ ਉਤਰਦੀ ਹੈ ਇਸ ਕਰਕੇ ਇਹ ਐਵੇਂ ਚੱਲ ਪਈ ਪਰੰਪਰਾ ਮੈਂ ਜਦੋਂ ਇਹ ਵਾਕ ਪੜਿਆ ਮਹਾਰਾਜ ਦਾ ਸਾਖੀ ਚੋਂ ਕਿ ਬਾਕੀ ਸਾਜ਼ ਦੁਨੀਆਦਾਰਾਂ ਦੇ ਸਾਜ਼ ਹੋਏ ਰਬਾਬ ਗੁਰਮੁਖੀ ਸਾਜ਼ ਹੋਇਆ ਰਬਾਬ ਮੁਖ ਨਾਲ ਵਜਾਉਣ ਵਾਲਾ ਤਾਂ ਸਾਜ਼ ਹੈ ਨਹੀਂ ਇਹਦੇ ਅਰਥ ਜੀ ਵੀ ਸਿੰਘ ਨਹੀਂ ਸਮਝ ਸਕਿਆ ਗੁਰਮੁਖੀ ਦੇ ਗੁਰਮੁਖੀ ਮੈਨੇ ਗੁਰੂ ਦੇ ਮੁਖ ਚੋਂ ਨਹੀਂ ਗੁਰੂ ਦੇ ਮੁਖ ਵੱਲ ਲਜਾਣ ਵਾਲੀ ਲਿਪੀ ਇਹ ਜਿਹੜੀ ਗੁਰਮੁਖੀ ਇਹ ਸਾਨੂੰ ਗੁਰੂ ਚਰਣਾ ਵੱਲ ਤੇ ਗੁਰੂ ਦੇ ਮੁਖ ਵੱਲ ਲੈ ਜਾਂਦੀ ਹੈ। ਹੂੰ ਇਸ ਤਰ੍ਹਾਂ ਰਬਾਬ ਹੈ ਜਿਹੜਾ ਸਾਜ਼ ਇਹਦਾ ਮੂੰਹ ਨਾਲ ਕੋਈ ਸਬੰਧ ਨਹੀਂ ਪਰ ਇਹ ਗੁਰੂ ਵੱਲ ਮੂੰਹ ਕਰਦੀ ਹੈ ਸਾਡਾ। ਹੂੰ ਤੋਂ ਇਹ ਲਫ਼ਜ਼ ਨੇ ਜਿਹੜੇ ਇਹਨਾਂ ਦੇ ਅਰਥ ਇਸ ਤਰ੍ਹਾਂ ਕਰਾਂਗੇ ਆਪਾਂ। ਜੀ ਜੀ ਬਹੁਤ ਖੂਬ। ਤੋਂ ਭਾਈ ਮਰਦਾਨੇ ਕਹਿਆ ਜੀ ਠੀਕ ਹੈ ਰਬਾਬ ਖਰੀਦਦੇ ਹਾਂ। ਲਿਓ ਦਿਓ ਮਾਇਆ। ਹੂੰ ਬਾਬੇ ਕਹਿਆ ਭਾਈ ਜੀ ਪੈਸੇ ਤਾਂ ਅਸਾਂ ਪਾਸ ਹੈਂ ਨਹੀਂ। ਹੂੰ ਮਰਦਾਨੇ ਕਹਿਆ ਜੀ ਹੁਦਾਰ ਅਸਾਂ ਨੂੰ ਕੋਈ ਨਹੀਂ ਦੇ ਹੁੰਦਾ। ਹੂੰ ਪੈਸੇ ਦਿਓ ਬਾਬੇ ਕਹਿਆ ਸਵਾਲੀ ਬਣਨਾ ਭਾਈ ਜੀ ਚੰਗੀ ਗੱਲ ਤਾਂ ਨਹੀਂ ਹਮ ਪਰ ਕੀ ਕਰੀਏ ਗਰਜ਼ਕਾਰੇ ਕਰਾਮ ਦੀ ਹੈ ਹਮ ਬੇਬੇ ਨਾਨਕੀ ਜੀ ਵਾਸ ਜਾਓ ਹਮ ਉੱਥੋਂ ਪੈਸੇ ਮਿਲਣਗੇ ਹਮ ਭਾਈ ਮਰਦਾਨਾ ਜੀ ਬੇਬੇ ਨਾਨਕੀ ਜੀ ਦੇ ਘਰ ਗਏ ਮੱਥਾ ਟੇਕਿਆ ਹਮ ਰਬਾਬ ਖਰੀਦਣ ਦੀ ਬੇਨਤੀ ਕੀਤੀ ਪੈਸੇ ਦਿਓ ਹਮ ਬੇਬੇ ਕਹਿਆ ਇੱਕ ਕਿਉਂ ਭਾਈ ਤੁਸਾਂ ਤੋਂ 100 ਰਬਾਬਾਂ ਵਾਰਾਂ ਹਮ ਸਰਫਾ ਨਹੀਂ ਕਰਨਾ ਜਿੰਨੇ ਮੁਠੀ ਚ ਚਾਂਦੀ ਦੇ ਰੁਪਈਏ ਆਏ ਦਿੱਤੇ ਤੇ ਕਿਹਾ ਸਰਫਾ ਨਹੀਂ ਕਰਨਾ ਜੇ ਪੈਸੇ ਘਟਣ ਫੇਰ ਆਉਣਾ ਹੋਰ ਦੇਾਂਗੀ ਹੂੰ ਪਰ ਬਾਬੇ ਨੂੰ ਇਹ ਤਾਂ ਕਹੋ ਕਿ ਮਿਲਣ ਹੀ ਨਹੀਂ ਆਉਂਦਾ ਮਹੀਨੇ ਬੀਤ ਜਾਂਦੇ ਹਨ ਹੂੰ ਭਾਈ ਮਰਦਾਨਾ ਜੀ ਪੈਸੇ ਲੈ ਕੇ ਖੁਸ਼ੀ-ਖੁਸ਼ੀ ਬਾਬਾ ਜੀ ਕੋਲ ਗਏ ਬਾਬਾ ਜੀ ਕੋਲ ਸੁਨੇਹਾ ਦਿੱਤਾ ਕਿ ਮੈਂ ਚੱਲਿਆ ਰਬਾਬ ਲੱਭਣ ਤੁਸੀਂ ਬੇਬੇ ਨਾਨਕੀ ਜੀ ਨੂੰ ਮਿਲ ਕੇ ਆਓ ਹੂੰ ਜਦੋਂ ਇਹ ਕਿਹਾ ਨਾ ਕਿ ਤੁਸੀਂ ਬੇਬੇ ਨਾਨਕੀ ਜੀ ਨੂੰ ਮਿਲ ਕੇ ਆਓ ਬਾਬੇ ਕਹਿਆ ਭਾਈ ਜੀ ਤੁਸਾਂ ਦਾ ਕੋਈ ਆਖਾ ਅਸਾਂ پاسੋਂ ਫੇਰਿਆ ਨਹੀਂ ਜਾਂਦਾ ਹੂੰ ਮੋੜੇ ਮੋੜ ਹੀ ਨਹੀਂ ਜਾਂਦੀ ਗੱਲ ਤੁਸਾਂ ਦਾ ਕੋਈ ਆਖਾ ਅਸਾਂ پاسੋਂ ਫੇਰਿਆ ਨਹੀਂ ਜਾਂਦਾ ਅਸਾਂ ਨੂੰ ਤੁਸਾਂ ਤੱਕ ਵੱਡਾ ਕੰਮ ਹੈ ਅੱਛਾ ਹਾਂ ਇਹ ਇਸ਼ਾਰੇ ਕਰ ਰਹੇ ਨੇ ਕਿ ਜਾਣਾ ਪਊਗਾ ਹੂੰ ਇਕੱਠੇ ਚੱਲਾਂਗੇ ਹੂੰ ਭਾਈ ਮਰਦਾਨਾ ਜੀ ਇੱਧਰ ਉੱਧਰ ਪੁੱਛ ਪੁੱਛਾ ਕੇ ਕੁਛ ਦਿਨ ਖਾਲੀ ਹੱਥ ਵਾਪਸ ਆ ਗਏ ਹੂੰ ਕਿਹਾ ਬਾਬਾ ਤੁਸਾਂ ਦੀ ਆਵਾਜ਼ ਦਾ ਸਾਥ ਦੇਣ ਵਾਲੀ ਕੋਈ ਰਬਾਬ ਨਹੀਂ ਮਿਲੀ ਹੂੰ ਬਾਬੇ ਕਹੇ ਭਾਈ ਜੀ ਦੋਹਾਂ ਦਰਿਆਵਾਂ ਵਿੱਚਕਾਰ ਜੱਟਾਂ ਦਾ ਇੱਕ ਪਿੰਡ ਹੈ ਹੂੰ ਤਿਸ ਦਾ ਨਾਮ ਹੈ ਆਸ਼ਕਪੁਰ ਅੱਛਾ ਉੱਥੇ ਇੱਕ ਸਜਿੰਦਾ ਹੈ ਵੱਡਾ ਉਸਤਾਦ ਹੂੰ ਨਾਮ ਹੈ ਫਿਰੰਦਾ ਹੂੰ ਫੇਰੂ ਵੀ ਆਖਦੇ ਹਨ ਹੂੰ Hindu ਹੈ ਹੂੰ ਤੇ ਨਾ ਪਾਸ ਜਾਓ ਹੂੰ ਉੱਥੋਂ ਅਸਾਂ ਨੂੰ ਖਰੀਰਬਾਬ ਮਿਲੇਗੀ ਹੂੰ ਔਰ ਜੇ ਕਿਸੇ ਕਿਸਮ ਦਾ ਨਾਂ ਨੁੱਕਰ ਕਰੇ ਤਾਂ ਫਿਰ ਉਸ ਪਾਸ ਅਸਾਂ ਦਾ ਨਾਮ ਲੈਣਾ ਹੂੰ ਭਾਈ ਮਰਦਾਨਾ ਜੀ ਨੇ ਪਿੰਡ ਦਾ ਰਸਤਾ ਪੁੱਛਿਆ ਪਿੰਡ ਲੱਭ ਲਿਆ ਪਿੰਡ ਜਾ ਕੇ ਭਾਈ ਫਰੰਦਾ ਜੀ ਦਾ ਘਰ ਲੱਭ ਲਿਆ ਭਾਈ ਫਰੰਦਾ ਜੀ ਨੂੰ ਮਿਲੇ ਦੁਆ ਸलाम ਹੋਈ ਫਿਰ ਬੇਨਤੀ ਕੀਤੀ ਆ ਸਾਨੂੰ ਅੱਛੀ ਕਿਸਮ ਦੀ ਰਬਾਬ ਲੋੜੀ ਹੂੰ ਫਰੰਦੇ ਕਹਿਆ ਅੱਛੀ ਕਿਸਮ ਦੀ ਰਬਾਬ ਵਾਸਤੇ ਮਹੀਨੇ ਲੱਗਣਗੇ ਹੂੰ ਡਾਢੀ ਮਸ਼ੱਕਤ ਕਰਨੀ ਪਏਗੀ ਇਸ ਲਈ ਉਗੀਕੋ ਅੱਛੀ ਰਬਾਬ ਬਣਾ ਦੇਾਂਗੇ ਪਰ ਇੰਤਜ਼ਾਰ ਕਰਨਾ ਪਏਗਾ ਹੂੰ ਕੰਧ ਨਾਲ ਲਟਕਦੀ ਹੋਈ ਇੱਕ ਰਬਾਬ ਵਾਲੇ ਇਸ਼ਾਰਾ ਕਰਕੇ ਭਾਈ ਮਰਦਾਨੇ ਨੇ ਕਹਿਆ ਜੀ ਉਹ ਪਈਤ ਹੈ ਇੱਕ ਹੂੰ ਹੂੰ ਫਿਰੰਦੇ ਕਹਿਆ ਸੋ ਤੁਸਾਂ ਦੇ ਕੰਮ ਦੀ ਨਹੀਂ ਹੂੰ ਮਰਦਾਨੇ ਪੁੱਛਿਆ ਕੀ ਨੁਕਸ ਹੈ ਇਸ ਵਿੱਚ ਜੀ ਫਿਰੰਦੇ ਕਹਿਆ ਨੁਕਸ ਨਹੀਂ ਇਸ ਵਿੱਚ ਕੋਈ ਡਾਢੀ ਮੁਸ਼ਕਲਤ ਨਾਲ ਤਿਆਰ ਕੀਤੀ ਹੈ ਇੱਕ ਕਾਮਲ ਫਕੀਰ ਹੈ ਤਿਸ ਦਾ ਨਾਮ ਹੈ ਗੁਰੂ ਨਾਨਕ ਵਾਹ ਇਹ ਨਾਮ ਸੁਣਿਆ ਹੈ ਕਦੀ ਜੀ ਇਹਨਾਂ ਦੇ ਚਰਨਾਂ ਦਾ ਧਿਆਨ ਤਰ ਕਿਰਬਾਬ ਤਿਆਰ ਕੀਤੀ ਹੈ ਉਹਨਾਂ ਦੇ ਕਦਮਾਂ ਵਿੱਚ ਰੱਖਾਂਗਾ ਜਦੋਂ ਦੀਦਾਰ ਨਸੀਬ ਹੋਏ ਜੀ ਭਾਈ ਮਰਦਾਨਾ ਜੀ ਨੇ ਦੱਸਿਆ ਨਹੀਂ ਅਜੇ ਜੀ ਕਹਿੰਦੇ ਜੀ ਜੇ ਆਗਿਆ ਹੋਏ ਤਾਂ ਵਜਾ ਕੇ ਦੇਖ ਲਵਾਂ ਜੀ ਫਿਰੰਦੇ ਕਹਿਆ ਵਜਾਵਣੀ ਤਾਂ ਦਰ ਕਿਨਾਰ ਛੋਣ ਵੀ ਨਹੀਂ ਦੇਵਾਂਗਾ ਹੂੰ ਜਿਨ੍ਹਾਂ ਵਾਸਤੇ ਤਿਆਰ ਕੀਤੀ ਹੈ ਉਹਨਾਂ ਦੇ ਕਦਮਾਂ ਵਿੱਚ ਰੱਖਾਂਗਾ ਹੂੰ ਫੇਰ ਭਾਈ ਮਰਦਾਨਾ ਜੀ ਨੇ ਕਿਹਾ ਜੀ ਤੁਹਾਡਾ ਪਿੰਡ ਦਾ ਨਾਂ ਤੁਹਾਡਾ ਨਾਂ ਬਾਬਾ ਜੀ ਨੇ ਮੈਨੂੰ ਦੱਸਿਆ ਸੀ ਤੁਹਾਡੇ ਕੋਲ ਉਹਨਾਂ ਨੇ ਭੇਜਿਆ ਹੂੰ ਫਿਰੰਦੇ ਕਹੇ ਆ ਜਿਨ੍ਹਾਂ ਦਾ ਨਾਮ ਲੈ ਕੇ ਸੰਸਾਰ ਤਰੇਗਾ। ਹੂੰ। ਤਿਨਾਂ ਦੀ ਜ਼ੁਬਾਨ ਉੱਪਰ ਅਸਾਂ ਦਾ ਨਾਮ ਆਇਆ। ਸਾਡੇ ਵਰਗਾ ਕੌਣ ਹੋਏਗਾ ਸੰਸਾਰ ਵਿੱਚ ਅੱਜ? ਵਾਹ ਵਾਹ। ਜੇ ਬਾਬਾ ਜੀ ਨੇ ਅਸਾਂ ਦਾ ਨਾਮ ਲਿਆ ਔਰ ਅਸਾਂ ਪਾਸ ਭੇਜਿਆ ਫਿਰ ਇੱਥੇ ਬੈਠੇ ਕਾਸ ਲਈ ਹਾਂ? ਹੂੰ। ਅਸਾਂ ਨੂੰ ਝੱਪਦੇ ਤੇ ਨਾਲ ਪਾਸ ਲੈ ਚੱਲ। ਵਾਹ। ਝੱਪਦੇ ਮੈਨੇ ਅੱਖ ਦੀ ਪਲਕ ਜਿੰਨਾ ਸਮਾਂ ਲੱਗਦਾ। ਜੀ। ਭਾਈ ਮਰਦਾਨਾ ਜੀ ਅੱਗੇ ਅੱਗੇ ਰਬਾਬ ਮੋਢੇ ਨਾਲ ਲਟਕਾਈ ਪਿੱਛੇ ਪਿੱਛੇ ਭਾਈ ਫਰੰਦਾ ਜੀ। ਜੀ ਸੁਲਤਾਨਪੁਰ ਪਹੁੰਚ ਗਏ ਜੀ ਫਿਰੰਦਾ ਜੀ ਨੇ ਮੱਥਾ ਟੇਕਿਆ ਰਬਾਬ ਚਰਨਾ ਚ ਰੱਖੀ ਜੀ ਅਸੀਸ ਮਿਲੀ ਬਾਬੇ ਪੁੱਛਿਆ ਭਾਈ ਜੀ ਕਿੰਨੇ ਭੇਟਾ ਤਾਰੀ ਏ ਸਰਬਾਬ ਦੀ ਹੂੰ ਫਿਰੰਦੇ ਕਹਿਆ ਜੀ ਦੀਦਾਰ ਹੂੰ ਸੋ ਨਸੀਬ ਹੋਈ ਦੀਏ ਹੂੰ ਫੇਰ ਸੀ ਸਮਝ ਲਈਆਂ ਰਬਾਬ ਚੁੱਕ ਕੇ ਭਾਈ ਮਰਦਾਨਾ ਜੀ ਦੇ ਹੱਥ ਵਿੱਚ ਪਕੜਾਉਂਦੇ ਆ ਤਿੰਨ ਵਾਕ ਉਚਾਰੇ ਹੂੰ ਪਹਿਲਾ ਵਾਕ ਭਾਈ ਜੀ ਤੁਸਾਂ ਕੋ ਤਾਰ ਦਾ ਗੁਣ ਬਖਸ਼ਿਆ ਹੂੰ ਦੂਜਾ ਵਾਕ ਇਸ ਨੂੰ ਵੇਚਣਾ ਨਹੀਂ ਹੂੰ ਤੀਜਾ ਵਾਕ ਦਾ ਰਾਏ ਸਵਾਲੀ ਨੂੰ ਖਾਲੀ ਨਹੀਂ ਮੋੜਨਾ ਤੀਜਾ ਵਾਕ ਸੁਣ ਕੇ ਭਾਈ ਮਰਦਾਨਾ ਜੀ ਹੱਸ ਪਏ ਹੂੰ ਜੀ ਬਾਬਾ ਜੀ ਅਸਾਂ ਕੰਗਾਲਾਂ ਪਾਸ ਕੌਣ ਸਵਾਲੀ ਆਏਗਾ ਸਵਾਲ ਪਾਣ ਹੂੰ ਬਾਬੇ ਕਹਿਆ ਜੋ ਦੌਲਤ ਤੁਸਾਂ ਨੂੰ ਨਸੀਬ ਹੋਈ ਜ਼ਮਾਨੇ ਤਰਸਣਗੇ ਉਸ ਤਾਂ ਵਾਹ ਵਾਹ ਕੀ ਬਾਤ ਤੁਹਾਡੇ ਜਿਹੜਾ ਤਨੀ ਤੁਹਾਡੇ ਜਿਹੜਾ ਦੌਲਤਵੰਦ ਕੋਈ ਨਹੀਂ ਅੱਜ ਵਾਹ ਕੀ ਮਹਾਰਾਜ ਦੀ ਤੋਂ ਰਵਾਬ ਹੱਥ ਪਕੜ ਕੇ ਮੱਥੇ ਨੂੰ ਲਾਈ ਤੇ ਫਿਰ ਬਾਬੇ ਕਹਿਆ ਛੇੜ ਰਾਗ ਹੂੰ ਬਾਣੀ ਆਈ ਹੈ ਹੂੰ ਵਰਦਾਨੇ ਪੁੱਛਿਆ ਜੀ ਆ ਗਿਆ ਹੋਏ ਤਾਂ ਪਹਿਲਾਂ ਥਾਟ ਬਣਾ ਲਵਾਂ ਹੂੰ ਸੁਰ ਕਰਕੇ ਖਲਾਫ ਲੈਣੇ ਉਹਨੂੰ ਕਹਿੰਦੇ ਨੇ ਹੂੰ ਹੂੰ ਜੀ ਆ ਗਿਆ ਹੋਏ ਪਹਿਲਾਂ ਥਾਟ ਬਣਾ ਲਵਾਂ ਬਾਬੇ ਕਹਿਆ ਬਣਦੇ ਰਹਿਣਗੇ ਥਾਟ ਖੁਦ ਬਖੁਦ ਹੂੰ ਨਰਬਾਬ ਛੇੜੋ ਬਾਣੀ ਆਈ ਹੈ ਬਾਣੀ ਸਾਕੀਕਾਰ ਦਾ ਬੋਲ ਹੈ ਕੀਰਤਨ ਸ਼ੁਰੂ ਹੋਇਆ ਪਸ਼ੂਆਂ ਪੰਛੀਆਂ ਅਤੇ ਮਨੁੱਖਾਂ ਨੇ ਜਿਨ੍ਹਾਂ ਨੇ ਕੀਰਤਨ ਸੁਣਿਆ ਸਾਰੇ ਦੇ ਸਾਰੇ ਵਿਸਮਾਦ ਵਿੱਚ ਆਏ ਵਾਹ ਇਥੋਂ ਸ਼ੁਰੂਆਤ ਹੁੰਦੀ ਹੈ ਰਬਾਬ ਦੀ ਵਾਹ ਵਾਹ ਕਮਾਲ ਫਿਰ ਕੁਝ ਦਿਨ ਬੀਤੇ ਜੀ ਮਹਾਰਾਜ ਨੇ ਫਿਰ ਕਿਹਾ ਕਿ ਭਾਈ ਆਪਾਂ ਚੱਲਣਾ ਹੈ ਵੱਡੇ ਪਰਿਵਾਰ ਨੂੰ ਮਿਲਣ ਹੂੰ ਹੂੰ ਮਰਦਾਨੇ ਕਹਿਆ ਜੀ ਮੈਂ ਤਲਵੰਡੀ ਜਾਣਾ ਹੂੰ ਮੈਂ ਆਪਣੇ ਬਾਲ ਬੱਚੇ ਨਹੀਂ ਛੱਡ ਸਕਦਾ ਹੂੰ ਬਾਬੇ ਕਹਿਆ ਠੀਕ ਹੈ ਭਾਈ ਜੀ ਤੁਸਾਂ ਦੇ ਹਿੱਸੇ ਆਏ ਤਲਵੰਡੀ ਦੇ ਖੇੜੇ ਤੇ ਖੁਸ਼ੀਆਂ ਅਸਾਂ ਦੀ ਕਿਸਮਤ ਕਿਸਮਤ ਵਿੱਚ ਆਈਆਂ ਉਜਾੜਾਂ ਤੇ ਬਿਰਾਨੀਆਂ ਤੁਸੀਂ ਨਾਲ ਹੁੰਦੇ ਉਜਾੜਾਂ ਮੰਗਲਮਈ ਹੋ ਜਾਣੀਆਂ ਸਨ ਹਮ ਪਰ ਤੁਹਾਡੀ ਮਰਜ਼ੀ ਤੁਸੀਂ ਜਾਓ ਤਲਵੰਡੀ ਅਸੀਂ ਜਾਵਾਂਗੇ ਪਰਦੇਸ ਪਰ ਬੇਬੇ ਨਾਨਕੀ ਜੀ ਨੂੰ ਮਿਲਕੇ ਜਾਵਣਾ ਹਮ ਹੁਣ ਇਹ ਜਿਹੜਾ ਰਸਤਾ ਦੱਸ ਦਿੱਤਾ ਨਾ ਇਹ ਖਤਰਨਾਕ ਰਸਤਾ ਸੀ ਹਮ ਭਾਈ ਮਰਦਾਨਾ ਜੀ ਰਵਾਬ ਸਮੇਤ ਬੇਬੇ ਨਾਨਕੀ ਜੀ ਦੇ ਘਰ ਗਏ ਮੱਥਾ ਟੇਕਿਆ ਜੀ ਅਸੀਸ ਮਿਲੀ ਫਿਰ ਦੱਸਿਆ ਕਿ ਮੈਂ ਚੱਲਿਆ ਤਰਵੰਡੀ ਤੇ ਬਾਬਾ ਜੀ ਚੱਲੇ ਨੇ ਪ੍ਰਦੇਸ਼ ਕਿੰਨੇ ਸਾਲਾਂ ਨੂੰ ਮੁੜਨਗੇ ਪਤਾ ਨਹੀਂ ਪਤਾ ਨਹੀਂ ਇਹ ਸੁਣ ਕੇ ਬੇਬੇ ਨਾਨਕੀ ਦਾ ਆਪਣੇ ਮਨ ਉੱਪਰ ਧੀਰ ਨਾ ਰਹਾ ਹੂੰ ਅੱਖਾਂ ਗੰਗਾ ਜਮਨੀ ਹੋ ਗਈਆਂ ਹੂੰ ਭਾਈ ਜੈ ਰਾਮ ਜੀ ਨੂੰ ਕੋਟ ਚ ਪਤਾ ਲੱਗਾ ਹੂੰ ਹੂੰ ਘਰ ਆਏ ਹੂੰ ਹੂੰ ਦਸ਼ਾ ਦੇਖ ਕੇ ਬੋਲੇ ਜੀ ਨਾਨਕੀ ਜੀ ਜਦੋਂ ਕਦੇ ਅਸੀਂ ਭਟਕਦੇ ਤੁਸੀਂ ਅਸਾਂ ਨੂੰ ਉਪਦੇਸ਼ ਦੇ ਹਮ ਹੁਣ ਤੁਸੀਂ ਡੋਲ ਗਏ ਹੋ ਅਸਾਂ ਦਾ ਕੀ ਬਣੇਗਾ ਹਮ ਇਹ ਵਾਕ ਦੇਖੋ ਜੀ 5 500 ਸਾਲ ਪੁਰਾਣਾ ਵਾਕ ਹੈ ਆਪਣੀ ਔਰਤ ਨੂੰ ਮਰਦ ਇਹਨਾਂ ਲਫ਼ਜ਼ਾਂ ਨਾਲ ਐਡਰੈਸ ਕਰਦਾ ਹੈ ਵਾਹ ਜੀ ਨਾਨਕੀ ਜੀ ਜਦੋਂ ਕਦੇ ਅਸੀਂ ਭਟਕਦੇ ਤੁਸੀਂ ਅਸਾਂ ਨੂੰ ਉਪਦੇਸ਼ ਦੇ ਹਮ ਹੁਣ ਤੁਸੀਂ ਡੋਲ ਗਏ ਹੋ ਅਸਾਂ ਦਾ ਕੀ ਬਣੇਗਾ ਇਹ ਲੈਂਗੁਏਜ ਜੇ ਸਾਡੀ ਸੋਸਾਇਟੀ ਚ ਕਾਇਮ ਰਹਿੰਦੀ ਫੇਰਾ ਜੈਂਡਰ ਬਾਇਸ ਤੇ ਕਾਨਫਰੰਸ ਆਣਾ ਹੁੰਦੀਆਂ ਹੁੰਦੀ ਨਹੀਂ ਸੀ ਫਿਰ ਇਹ ਡਿਸਪਿਊਟ ਨਾ ਛਿੜਦੇ ਫਿਰ ਇਹ ਜੈਂਡਰ ਇਕੁਐਲਿਟੀ ਫਲਾਣਾ ਫਲਾਣਾ ਇਹ ਡਿਮਾਂਡ ਕਦੇ ਲਈ ਹੁੰਦੀ ਜਿਹਨੂੰ ਆਪਾਂ ਪਿਆਰ ਕਰਦੇ ਆ ਉਹਦੀ ਤਾਂ ਗੁਲਾਮੀ ਕਰਨ ਨੂੰ ਜੀ ਕਰਦੇ ਬਸ ਤੋਂ ਇਹ ਹੈ ਗੁਰੂ ਘਰ ਦੀ ਸ਼ੈਲੀ ਹੂੰ ਤੋਂ ਨਾ ਇਹ ਇਹ ਸੁਣ ਕੇ ਬਾਬੇ ਨਾਨਕੀ ਨੇ ਕਹਿਆ ਜੀ ਮਰਦਾਨਾ ਚੱਲਿਆ ਹੈ ਪਿੰਡ ਤਲਵੰਡੀ ਹੂੰ ਅਰ ਬਾਬਾ ਚੱਲਿਆ ਹੈ ਪ੍ਰਦੇਸ਼ ਹੂੰ ਦੋਵੇਂ ਇਕੱਠੇ ਜਾਂਦੇ ਅਸਾਂ ਨੂੰ ਫਿਕਰ ਰੰਚਕ ਦਾ ਨਾ ਸੀ ਹੂੰ ਹੁਣ ਅਸਾਂ ਦਾ ਦਿਲ ਥੰਮਦਾ ਨਹੀਂ ਹੂੰ ਜੈਰਾਮ ਨੇ ਭਾਈ ਮਰਦਾਨੇ ਨੂੰ ਕਹਿਆ ਭਾਈ ਜੀ ਤੁਸਾਂ ਦੇ ਜੋੜ ਵਿਛੜਨੇ ਸੋਹਣੀਕ ਨਹੀਂ ਹੂੰ ਜਾਣਾ ਪਏਗਾ ਤੁਸਾਂ ਨੂੰ ਬਾਬਾ ਜੀ ਨਾਲ ਮਰਦਾਨੇ ਕਹਿਆ ਜੀ ਅਸਾਂ ਦੇ ਬਾਲ ਛੋਟੇ ਹਨ ਹੂੰ ਤੇਨਾਂ ਦੇ ਰਿਜ਼ਕ ਦਾ ਕੋਈ ਬੰਦੋਬਸਤ ਨਹੀਂ ਹੂੰ ਮੈਂ ਗੈਰ ਜ਼ਿੰਮੇਵਾਰ ਹੋ ਕੇ ਤੇਨਾਂ ਨੂੰ ਛੱਡ ਕੇ ਕਿਵੇਂ ਚਲਾ ਜਾਵਾਂ ਹੂੰ ਜੈਰਾਮ ਕਹਿਆ ਭਾਈ ਤੁਸਾਂ ਦੇ ਬਾਲ ਅੱਜ ਤੋਂ ਬਾਅਦ ਅਸਾਂ ਦੇ ਬਾਲ ਹੋਏ ਹਮ ਸ੍ਰੀਚੰਦ ਨੂੰ ਵੀ ਤਾਂ ਅਸਾਂ ਗੋਦ ਲੈ ਲਿਆ ਹੈ ਹਮ ਬੇਬੇ ਨਾਨਕੀ ਜੀ ਦੇ ਸੰਤਾਨ ਨਹੀਂ ਹੋਈ ਸੀ ਹਮ ਬਾਬਾ ਸ੍ਰੀਚੰਦ ਗੋਦ ਲਿਆ ਭਾਈ ਜੈਰਾਮ ਜੀ ਐਡੇ ਵੱਡੇ ਹਿਰਦੇ ਹਿਰਦੇ ਵਾਲੇ ਕਿ ਮਹਾਰਾਜ ਇਕੱਲੇ ਨਾ ਜਾਣ ਔਰ ਬੇਬੇ ਨਾਨਕੀ ਦਾ ਦਿਲ ਹੈ ਜਿਹੜਾ ਉਹ ਥੰਮਿਆ ਰਹੇ ਇਸ ਵਾਸਤੇ ਐ ਸਮਝੋ ਕਿ ਜਿਹੜਾ ਸਟੇਟਸ ਸ੍ਰੀਚੰਦ ਉਹ ਹੀ ਸਟੇਟਸ ਤੁਹਾਡੇ ਬੱਚਾ ਤੁਹਾਡੇ ਬੱਚਾ ਹੁਣ ਜਦੋਂ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਲਈ ਭਾਈ ਜੈਰਾਮ ਜੀ ਨੇ ਔਰ ਭਾਈ ਜੈਰਾਮ ਜੀ ਰੈਵਨੂ ਅਫਸਰ ਨੇ ਹਮ ਵੱਡੇ ਜ਼ਮੀਂਦਾਰ ਨੇ ਹਮ ਤੋ ਭਾਈ ਮਰਦਾਨਾ ਜੀ ਨੇ ਫਿਰ ਹਾਂ ਕਰ ਦਿੱਤੀ ਫਿਰ ਜੇ ਠੀਕ ਹੈ ਜੀ ਤੁਸੀਂ ਤੱਕੜੇ ਹੋ ਅਸੀਂ ਸੇਵਕ ਤੁਹਾਡੇ ਖਿਦਮਤਗਾਰ ਜੋ ਹੁਕਮ ਸੋ ਕਰਾਂਗੇ ਰਬਾਬ ਉਠਾਈ ਬਾਬਾ ਜੀ ਕੋਲ ਗਏ ਵੱਡਿਆਂ ਦਾ ਹੁਕਮ ਹੋ ਗਿਆ ਹੈ ਬਾਬਾ ਤੁਸਾਂ ਦਾ ਸਾਥ ਦਿਆਂ ਹਮ ਬਾਬੇ ਕਹਿਆ ਸ਼ੁਕਰ ਹੈ ਕਰਤਾਰ ਦਾ ਤੁਸਾਂ ਦਾ ਸਾਥ ਚਾਹੀਦਾ ਸੀ ਹਮ ਫਿਰ ਜਾਂਦੇ ਨੇ ਪਰ ਭਾਈ ਮਰਦਾਨਾ ਜੀ ਕਹਿੰਦੇ ਠੀਕ ਹੈ ਚੱਲਾਂਗੇ ਵੱਡੇ ਪਰਿਵਾਰ ਨੂੰ ਮਿਲਣ ਬਾਬਾ ਪਰ ਬੇਬੇ ਨਾਨਕੀ ਜੀ ਨੂੰ ਮਿਲ ਕੇ ਜਾਣਾ ਹੂੰ ਬਾਬਾ ਜੀ ਆਏ ਬੇਬੇ ਨਾਨਕੀ ਜੀ ਨੇ ਝੁੱਕ ਕੇ ਚਰਨੀ ਹੱਥ ਲਾਉਣੇ ਚਾਏ ਹੂੰ ਬਾਹਾਂ ਫੜ ਕੇ ਬਾਬੇ ਕਹਿਆ ਬੇਬੇ ਤੂੰ ਅਸਾਂ ਤੋਂ ਵੱਡੀ ਹੈਂ ਹੂੰ ਤੂੰ ਜੋ ਅਸਾਂ ਦੇ ਕਦਮ ਉੱਪਰ ਦੇਖਦੀ ਹੈਂ ਅਸਾਂ ਨੂੰ ਆਪਣੇ ਵਿੱਚ ਵੱਡਾ ਔਗਣ ਲੱਗਦਾ ਹੈ ਹੂੰ ਨਾਨਕੀ ਕਹਿਆ ਸੱਚ ਆਖਦੀ ਹਾਂ ਭਰਾ ਕਰਕੇ ਨਹੀਂ ਜਾਣਦੀ ਪਰਮੇਸ਼ਰ ਕਰਕੇ ਜਾਣਦੀ ਹਾਂ ਵਾਹ ਇੰਨੀਆਂ ਮੁਹੱਬਤਾਂ ਵੱਡੀ ਭੈਣ ਦੀ ਆਪਣੇ ਛੋਟੇ ਭਰਾ ਨਾਲ। ਹੂੰ। ਤੋਂ ਜਾਂਦਿਆਂ ਜਾਂਦੇ ਆ ਬੇਬੇ ਨਾਨਕੀ ਜੀ ਅੰਦਰ ਗਏ। ਹੂੰ। ਭਾਈ ਮਰਦਾਨਾ ਜੀ ਦੇ ਬੋਝੇ ਵਿੱਚ ਰੁਪਈਏ ਪਾ ਦਿੱਤੇ। ਹੂੰ। ਬਾਬੇ ਕਹੇ ਆ ਭਾਈ ਜੀ ਪੈਸੇ ਵਾਪਸ ਕਰੋ। ਹੂੰ। ਨਾਨਕੀ ਕਹੇ ਆ ਭਾਈ ਜੀ ਅਸਾਂ ਆਪਣੀ ਖੁਸ਼ੀ ਨਾਲ ਦਿੱਤੇ ਹਨ। ਜੀ। ਤੁਸਾਂ ਦੇ ਖਾਣ ਲਈ, ਤੁਸਾਂ ਦੇ ਖਰਚਣ ਲਈ ਪਰਦੇਸਾਂ ਵਿੱਚ। ਹੂੰ। ਬਾਬੇ ਕਹੇ ਆ ਬੇਬੇ ਪੈਸੇ ਨਹੀਂ ਚਾਹੀਦੇ। ਹੂੰ। ਤੇ ਤੂੰ ਅਸਾਂ ਤੋਂ ਵੱਡੀ ਹੈ ਅਰ ਪਰਮੇਸ਼ਰ ਕੀ ਪਿਆਰੀ ਵੀ ਵਾ ਜੇ ਖੁਸ਼ੀ ਵੀ ਚਾਏ ਹੋ ਤਾਂ ਪੈਸੇ ਨਹੀਂ ਚਾਹੀਦੇ ਆਪਣੇ ਹੱਥੀਂ ਅਸਾਂ ਨੂੰ ਕਰਤਾਰ ਪਾਸ ਸੌਂਪੋ ਹੂੰ ਬੇਬੇ ਨਾਨਕੀ ਕਹਿਆ ਕਰਤਾਰ ਰੱਖੇ ਹੂੰ ਬਸ ਹੋਰ ਨਹੀਂ ਬੋਲ ਬੋਲੇ ਗਿਆ ਚਰਨੀ ਹੱਥ ਲਾ ਕੇ ਵੱਡੇ ਭੈਣ ਦੇ ਦੋਵੇਂ ਭਾਈ ਮਰਦਾਨਾ ਜੀ ਤੇ ਬਾਬਾ ਜੀ ਉਦੋਂ ਤੱਕ ਬੇਬੇ ਨਾਨਕੀ ਜੀ ਦੇਖਦੇ ਰਹੇ ਉਹਨਾਂ ਵੱਲ ਜਿੰਨੀ ਦੇਰ ਤੱਕ ਅੱਖਾਂ ਥੋਲ ਨਹੀਂ ਹੋਈ ਹੂੰ ਜਾਂਦੇ ਜਾਂਦੇ ਆ ਬਾਬੇ ਕਹਿਆ ਬੇਬੇ ਧੀਰਜ ਰੱਖਣਾ ਡੋਲਣਾ ਨਹੀਂ ਹਮ ਨਾਨਕੀ ਕਹਿਆ ਭਾਈ ਜੇ ਛੇਤੀ ਆਵਾਂਗਾ ਡੋਲਾਂਗੀ ਨਹੀਂ ਹਮ ਅਰ ਜੇ ਦੇਰ ਕਰਾਂਗਾ ਫੇਰ ਦੁੱਧ ਬਿਨ ਖਰੀ ਉਧਰ ਜਾਵਾਂਗੀ ਹਮ ਮੈਂ ਬੱਚਿਆਂ ਨੂੰ ਸਾਖੀਆਂ ਸੁਣਾਉਂਦਾ ਹਮ ਹਮ ਬੱਚੇ ਮੈਨੂੰ ਕਹਿਣ ਲੱਗ ਜਾਂਦੇ ਕਦੀ ਕਦੀ ਅੰਕਲ ਤੁਸੀਂ ਤਾਂ ਆਪਣੀ ਬੋਲੀ ਬੋਲਣ ਲੱਗੇ ਹੂੰ ਬਾਬਾ ਜੀ ਦੀ ਬੋਲੀ ਸੁਣਨੀ ਆ ਨੇ ਅਸੀਂ ਤਾਂ ਸਾਖੀ ਸਾਨੂੰ ਤਾਂ ਬਾਬਾ ਜੀ ਦੀ ਬੋਲੀ ਮਿੱਠੀ ਲੱਗਦੀ ਹੈ ਕਿਉਂ ਲੱਗਦੀ ਹੈ ਮਿੱਠੀ ਕਿਉਂਕਿ ਗੁਰਬਾਣੀ ਦੀ ਬੋਲੀ ਨਾਲ ਦਿਲ ਦੀ ਜੀ ਹਰ ਜੇ ਦੇਰ ਕਰਾਂਗਾ ਹਾਂ ਦੁੱਧ ਬਿਨ ਖਰੀ ਉਧਰ ਜਾਵਾਂਗੀ ਬਿਲ ਮੇਰੇ ਪ੍ਰੀਤਮਾ ਜੀਓ ਦੁੱਧ ਬਿਨ ਖਰੀ ਜਾਵਾਂਗੇ ਤਾਂ ਇਹ ਜੋੜੀ ਹੈ ਜਿਹੜੀ ਇਹ ਇਤਿਹਾਸਕ ਸਫ਼ਰ ਵਾਸਤੇ ਨਿਕਲੀ ਕਰੋ ਕੀ ਦਿੱਤਾ ਸੀ ਬਾਬਾ ਜੀ ਨੇ ਜਿਨ੍ਹਾਂ ਲੋਕਾਂ ਨੂੰ ਮਿਲੇ ਜ਼ਿੰਦਗੀ ਚ ਪਹਿਲੀ ਵਾਰੀ ਮਿਲੇ ਜੀ ਜਿਨਾ ਜਿਨਾ ਲੋਕਾਂ ਨੂੰ ਮਿਲੇ ਜ਼ਿੰਦਗੀ ਚ ਆਖਰੀ ਵਾਰ ਮਿਲੇ ਹੂੰ ਹੂੰ ਪਹਿਲੀ ਤੇ ਆਖਰੀ ਵਾਰ ਜੀ ਇਹ ਮਿਲਾਪ ਇਹੋ ਜਿਹੇ ਸਨ ਕਿ ਇੰਨੀਆਂ ਯਾਤਰਾਵਾਂ ਦੂਰ ਦੂਰ ਤੱਕ ਪਿਛਲੇਰੇ ਨੌ ਗੁਰੂ ਸਹਿਬਾਨ ਨਹੀਂ ਕਰ ਸਕੇ ਜੀ ਜੀ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਤੇ ਬੰਗਾਲ ਤੱਕ ਗਏ ਸਨ ਜੀ 200 ਸਾਲ ਬਾਅਦ ਜੀ ਰੂਟ ਹੋਈ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪਿੰਡ ਚ ਨਗਰ ਚ ਜਿਹੜੀ ਵੀ ਸੰਗਤ ਮਿਲਦੀ ਮੱਥਾ ਟੇਕਦੀ ਤੇ ਇਹ ਇਤਰਾਜ਼ ਕਰਦੀ ਮਹਾਰਾਜ ਇੰਨੇ ਸਾਲ ਬਾਅਦ ਇੰਨੇ ਸਾਲ ਬਾਅਦ ਸਦੀਆਂ ਬਾਅਦ 200 ਸਾਲ ਚ 10 ਪੀੜ੍ਹੀਆਂ ਬਦਲ ਜਾਂਦੀਆਂ ਨੇ ਜੀ ਲੋਕ ਇਹ ਸਮਝਦੇ ਸਨ ਹਾਰੇ ਹੋਏ ਥੱਕੇ ਹੋਏ ਨਿਰਾਸ਼ ਕਿ ਸਾਡਾ ਕੁਝ ਬਣ ਨਹੀਂ ਸਕਦਾ ਜੀ ਸਾਡਾ ਕੁਝ ਸੰਵਾਰ ਨਹੀਂ ਸਕਦਾ ਬਾਬਾ ਜੀ ਇਹ ਕਹਿੰਦੇ ਸੀ ਤੁਹਾਡਾ ਕੁਝ ਵਿਗੜੀ ਨਹੀਂ ਸਕਦਾ ਤੁਸੀਂ ਨਿਰਭਉ ਤੇ ਨਿਰਵੈਰ ਦੇ ਬੱਚੇ ਹੋ ਜੀ ਤੁਸੀਂ ਬਹੁਤ ਵੱਡੇ ਹੋ ਬਹੁਤ ਵੱਡੇ ਇਹ ਸੀ ਮੈਸੇਜ ਜਿਹੜਾ ਲੋਕਾਂ ਦੇ ਦਿਲਾਂ ਚ ਖੋਣਿਆ ਗਿਆ ਸੀ ਜੀ ਸੋ ਗੱਲਬਾਤ ਭਾਈ ਮਰਦਾਨਾ ਜੀ ਤੇ ਜਾਰੀ ਰਹੂਗੀ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅੱਜ ਦਾ ਇਹ ਐਪੀਸੋਡ ਕੇ ਰਾਂ ਸੀ ਇੱਕ ਵਾਰੀ ਇੱਥੇ ਰੋਕਦੇ ਆ ਤੇ ਅਗਲੇ ਇਸ ਲੜੀ ਨੂੰ ਜਾਰੀ ਰੱਖਣ ਲਈ ਤੁਸੀਂ ਅਗਲਾ ਐਪੀਸੋਡ ਦੇਖਣਾ ਨਾ ਭੁੱਲਿਓ ਬਹੁਤ ਧੰਨਵਾਦ ਆ ਤੁਹਾਡਾ ਪਿੰਡ ਆਸਟ੍ਰੇਲੀਆ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਸਾਨੂੰ ਸਤਿਕਾਰ ਦਿੰਨੇ ਹੋ ਇਹ ਸਤਿਕਾਰ ਬਣਿਆ ਰਵੇ ਇਸੇ ਲਈ ਅਸੀਂ ਮਿਹਨਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ